ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਾ ਪੰਥ ਬੜਾ ਮਹਾਨ ਹੈ। 550 ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਦਿਹਾੜੇ ਨੂੰ ਹੋਏ ਆ, ਪਰ ਸੰਸਾਰ ਦਾ ਕੋਈ ਕੋਨਾ ਨਹੀਂ ਜਿੱਥੇ ਅੱਜ ਸਿੱਖ ਪੰਥ ਨਹੀਂ ਫੈਲਿਆ। ਅਮੈਰੀਕਾ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਜਿੱਥੇ ਤੱਕ ਦੁਨੀਆ ਵਸਦੀ ਆ, ਅੱਜ ਗੁਰੂ ਨਾਨਕ ਦਾ ਸਿੱਖ ਉੱਥੇ ਬੈਠਾ। ਗੁਰਸਿੱਖੀ ਨਾਲ ਜੁੜਿਆ, ਗੁਰਮਤ ਨਾਲ ਜੁੜਿਆ, ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ, ਭਾਰਤ ਦੀ ਧਰਤੀ ਤੋਂ ਵਿਦੇਸ਼ਾਂ ਦੀ ਧਰਤੀ ਵਿੱਚ ਸਿੱਖ ਗਏ, ਕਾਰੋਬਾਰ ਸਥਾਪਿਤ ਕੀਤੇ, ਪਰ ਪਹਿਲਾਂ ਗੁਰੂ ਘਰ ਸਥਾਪਿਤ ਕੀਤੇ, ਗੁਰਦੁਆਰਿਆਂ 'ਚ ਅੱਜ ਗੁਰਮਤ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ। ਸੰਸਾਰ ਦੇ ਵਿੱਚ ਫੈਲਿਆ ਇਹ ਗੁਰਸਿੱਖ ਸੰਤ ਮਹਾਤਮਾ ਗੁਰਸਿੱਖਾਂ ਪ੍ਰਚਾਰਕਾਂ ਕੋਲੋਂ ਗੁਰਸਿੱਖੀ ਦੀਆਂ ਗੱਲਾਂ ਸੁਣ ਕੇ, ਗੁਰਮਤ ਦਾ ਪ੍ਰਚਾਰ ਸੁਣ ਕੇ, ਗੁਰਬਾਣੀ ਗੁਰ ਇਤਿਹਾਸ ਸੁਣ ਕੇ ਸਿੱਖੀ ਦੇ ਨਾਲ ਜੁੜਿਆ। ਮਹਾਂਪੁਰਸ਼ ਸਮੇਂ ਸਮੇਂ ਸਾਡੇ ਸਿੱਖ ਜਗਤ ਦੇ ਅੰਦਰ, ਸੰਤ ਬਾਬਾ ਆਤਰ ਸਿੰਘ ਮਸਤੂਗਾਣੇ ਵਾਲੇ, ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਆਇਆ ਸਿੰਘ ਹੋਤੀ ਮਰਦਾਨ, ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ, ਸੰਤ ਬਾਬਾ ਖੁਦਾ ਸਿੰਘ ਲਾਹੌਰ ਵਰਗੇ ਨਾਂ ਲਈਏ, ਬੜੀ ਲੰਬੀ ਲਿਸਟ ਹੈ ਜਿਨ੍ਹਾਂ ਮਹਾਂਪੁਰਖਾਂ ਨੇ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ, ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਦਾ ਅਦਬ ਅਤੇ ਸਤਿਕਾਰ ਸਿਖਾਇਆ, ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਸਿਖਾਇਆ, ਗੁਰੂ ਗ੍ਰੰਥ ਸਾਹਿਬ ਦੇ ਅਰਥ ਸਾਨੂੰ ਜਿਹੜੇ ਸੀ ਸਿਖਾਏ, ਗੁਰੂ ਦਾ ਸਿਧਾਂਤ ਸਾਨੂੰ ਸਿਖਾਇਆ, ਆਪਣੇ ਸਮੇਂ ਸਮੇਂ ਇਹਨਾਂ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਕਿ ਅੱਜ ਮੈਂ ਸਮਝਦਾ ਜੇ ਸਿੱਖੀ ਦੀ ਫੁਲਵਾੜੀ ਮਹਿਕ ਰਹੀ ਹੈ ਤਾਂ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਉਹਨਾਂ ਮਹਾਂਪੁਰਸ਼ਾਂ ਦੇ ਕੋਲੋਂ ਇਹ ਸੇਵਾ ਲਈ। ਜੇ ਸਮੇਂ ਦੇ ਨਾਲ ਲੋੜ ਪਈ ਪ੍ਰਚਾਰ ਪ੍ਰਸਾਰ ਦੇ ਨਾਲ, ਕਿਉਂਕਿ ਭਗਤੀ ਅਤੇ ਸ਼ਕਤੀ ਦੀ ਗੱਲ ਹੈ, ਮਾਲਾ ਅਤੇ ਤਲਵਾਰ ਦੀ ਗੱਲ ਆ, ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਆਪਣੀਆਂ ਕੌਮ ਨੂੰ ਸੇਵਾਵਾਂ ਦਿੱਤੀਆਂ, ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਗੁਰਧਾਮਾਂ ਦੀ ਆਣ ਸ਼ਾਨ ਦੀ ਬਹਾਲੀ ਵਾਸਤੇ ਲੜੇ, ਜੂਝੇ, ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੀ ਆਣ ਸ਼ਾਨ ਦੇ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਐਸੇ ਮਹਾਂਪੁਰਖ ਜਿਨ੍ਹਾਂ ਨੇ ਪ੍ਰਚਾਰ ਪ੍ਰਸਾਰ, ਮੈਂ ਅਕਸਰ ਕਹਿੰਦਾ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਿਖਾਇਆ ਸਾਨੂੰ ਮਹਾਂਪੁਰਸ਼ਾਂ ਨੇ, ਜੇ ਪਾਠ ਸਿਖਾਇਆ ਸ਼ੁੱਧ ਮਹਾਂਪੁਰਸ਼ਾਂ ਨੇ, ਜੇ ਅਰਥ ਪੜ੍ਹਾਏ ਸਾਨੂੰ ਮਹਾਂਪੁਰਸ਼ਾਂ ਨੇ, ਕਿੰਨਾ ਉਹਨਾਂ ਨੇ ਪ੍ਰਚਾਰ ਪ੍ਰਸਾਰ, ਗੁਰੂ ਗ੍ਰੰਥ ਸਾਹਿਬ ਦੀਆਂ ਸੈਂਕੜੇ ਕਥਾਵਾਂ ਉਹਨਾਂ ਨੇ ਸੰਗਤਾਂ 'ਚ ਜਾ ਕੇ, ਜਿਨ੍ਹਾਂ ਨੂੰ ਚੱਲਦੀ ਫਿਰਦੀ ਯੂਨੀਵਰਸਿਟੀ ਵੀ ਕਿਹਾ ਜਾਂਦਾ ਸੀ, ਇਸ ਪਿੰਡ ਦੇ ਵਿੱਚ ਪ੍ਰਚਾਰ ਕਰਨਾ ਮਹੀਨਾ, ਇੱਥੋਂ ਅਗਲੇ ਪਿੰਡ ਵਿੱਚ ਮਹੀਨਾ, ਫਿਰ ਉਦੋਂ ਅਗਲੇ ਪਿੰਡ ਵਿੱਚ ਮਹੀਨਾ, ਇਸ ਤਰ੍ਹਾਂ ਮਹੀਨਿਆਂ ਬੱਧੀ ਪਿੰਡਾਂ ਦੇ ਵਿੱਚ ਵਿਚਰ ਕੇ ਗੁਰਬਾਣੀ ਦੇ ਅਰਥ ਅਤੇ ਗੁਰ ਇਤਿਹਾਸ ਸਾਨੂੰ ਸਿਖਾਇਆ, ਅਤੇ ਉਹਨਾਂ ਮਹਾਂਪੁਰਸ਼ਾਂ ਦੀ ਬਦੌਲਤਾਂ ਮੈਂ ਸਮਝਦਾ ਜਿਹੜੀ ਸਿੱਖੀ ਦੀ ਫੁਲਵਾੜੀ ਮਹਿਕ ਰਹੀ ਹੈ, ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਕੋਲੋਂ ਇਹ ਸੇਵਾਵਾਂ ਲਈਆਂ। ਪਰ ਅੱਜ ਕੁਝ ਸਾਡੇ ਵੀਰ ਉਹਨਾਂ ਮਹਾਂਪੁਰਸ਼ਾਂ ਦੇ ਉੱਤੇ ਟੀਕਾ ਟਿੱਪਣੀਆਂ, ਇਹ ਕਹਿਣਾ ਤੁਹਾਡੇ ਬ੍ਰਹਮ ਗਿਆਨੀਆਂ ਨੇ ਇੱਦਾਂ ਕਿਹਾ, ਤੁਹਾਡੇ ਬ੍ਰਹਮ ਗਿਆਨੀ ਆਹ ਕਰਦੇ ਰਹੇ। ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ ਹੁੰਦੇ, ਕਿਸੇ ਇੱਕ ਸੰਸਥਾ ਦੇ ਨਹੀਂ ਹੁੰਦੇ, ਮਹਾਂਪੁਰਸ਼ ਗੁਰਸਿੱਖ ਸ਼ਹੀਦ ਇਹ ਸਾਰੀ ਕੌਮ ਲਈ ਹੁੰਦੇ ਆ, ਸਾਰੇ ਸਮਾਜ ਲਈ ਹੁੰਦੇ ਆ। ਪਰ ਇਸ ਤਰ੍ਹਾਂ ਉਹਨਾਂ 'ਤੇ ਕੋਈ ਆਪਣੀ ਨਿੱਜੀ ਲਾਗ ਡਾਟ ਨੂੰ ਸਾਹਮਣੇ ਰੱਖ ਕੇ ਅਤੇ ਉਹਨਾਂ ਮਹਾਂਪੁਰਸ਼ਾਂ 'ਤੇ ਟਿੱਪਣੀਆਂ ਕਰਨੀਆਂ, ਮੈਂ ਸਮਝਦਾ ਜਿਨ੍ਹਾਂ ਦੀ ਚਰਨ ਧੂੜ ਦੇ ਬਰਾਬਰ ਵੀ ਅਸੀਂ ਨਹੀਂ ਹੋ ਸਕਦੇ, ਜਿਨ੍ਹਾਂ ਨੇ ਏਡੀਆਂ ਵੱਡੀਆਂ ਕੌਮ ਦੇ ਵਿੱਚ, ਪੰਥ ਦੇ ਵਿੱਚ ਸੇਵਾਵਾਂ ਕੀਤੀਆਂ, ਕਦੇ ਉਹਨਾਂ ਦੁਬਧਾਵਾਂ ਨਹੀਂ ਖੜੀਆਂ ਕੀਤੀਆਂ, ਉਹਨਾਂ ਕਰਕੇ ਕਦੇ ਖਾਨਾ ਜੰਗੀ ਦਾ ਮਾਹੌਲ ਨਹੀਂ ਕੌਮ ਵਿੱਚ ਪੈਦਾ ਹੋਇਆ, ਕਦੇ ਭਰਾ ਮਾਰੂ ਜੰਗ ਨਹੀਂ ਹੋਈ।
ਐਸੇ ਐਸੇ ਮਹਾਂਪੁਰਖ ਹੋਏ। ਬਾਬਾ ਵੀਰ ਸਿੰਘ ਨਰੰਗਾਬਾਦ ਸ਼ਹਾਦਤ ਦੇ ਦਿੱਤੀ, ਪਰ ਸਿੱਖ ਫੌਜਾਂ ਦੇ ਸਾਹਮਣੇ ਉਹਨਾਂ ਨੇ ਹਥਿਆਰ ਨਹੀਂ ਉਠਾਏ ਕਿ ਆਪਸ ਵਿੱਚ ਭਰਾ ਮਾਰੂ ਜੰਗ ਜਿਹੜੀ ਉਹ ਨਹੀਂ ਕਰਨੀ। ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਿੱਖ ਸੰਗਤਾਂ ਨੂੰ ਕਿ ਅੱਜ ਇਸ ਤਰ੍ਹਾਂ ਦਾ ਜਿਹੜਾ ਖੁਸ਼ਕ ਪ੍ਰਚਾਰ ਜਾਂ ਕੱਟੜਵਾਦੀ ਦਾ ਪ੍ਰਚਾਰ ਇੱਦਾਂ ਦਾ ਸੁਣ ਕੇ ਸਾਨੂੰ ਉਹਨਾਂ ਮਹਾਂਪੁਰਸ਼ਾਂ ਦੇ ਉੱਤੇ ਟੀਕਾ ਟਿੱਪਣੀਆਂ ਕਰਨੀਆਂ ਜਾਂ ਉਹਨਾਂ ਮਹਾਂਪੁਰਸ਼ਾਂ ਦੇ ਬਾਰੇ ਕੁਝ ਗਲਤ ਸੋਚਣਾ, ਇਹ ਆਪਣਾ ਨੁਕਸਾਨ ਕਰਨ ਦੇ ਬਰਾਬਰ ਆ। ਉਹਨਾਂ ਮਹਾਂਪੁਰਸ਼ਾਂ ਦਾ ਕੁਝ ਨਹੀਂ ਘਟਦਾ, ਉਹ ਮਹਾਂਪੁਰਸ਼ ਗੁਰੂ ਦੇ ਪਿਆਰੇ ਆ, ਉਹਨਾਂ ਦਾ ਮਾਣ ਤੇ ਸਨਮਾਨ ਗੁਰੂ ਨੇ ਆਪ ਕਰਾਇਆ, ਕਿਉਂਕਿ ਸਤਿਗੁਰ ਕਹਿੰਦੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸਤਿਗੁਰ ਨੂੰ ਪੂਜਿਆ, ਪਰਮਾਤਮਾ ਨੂੰ ਪੂਜਿਆ, ਉਹਨਾਂ ਦੀ ਪੂਜਾ ਆਪ ਸਤਿਗੁਰ ਨੇ ਪਰਮਾਤਮਾ ਨੇ ਕਰਾਈ, ਉਹਨਾਂ ਦਾ ਮਾਣ ਸਨਮਾਨ ਸਤਿਕਾਰ ਆਪ ਸਤਿਗੁਰ ਸੱਚੇ ਪਾਤਸ਼ਾਹ ਨੇ ਕਰਵਾਇਆ। ਅਤੇ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਸਮੇਂ 'ਚ ਬਹੁਤ, ਚਾਹੇ ਉਹ ਉਦਾਸੀ ਮਹਾਤਮਾ ਨਿਰਮਲੇ ਮਹਾਤਮਾ, ਉਹਨਾਂ ਨੇ ਐਡੀਆਂ ਵੱਡੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ। ਹਾਂ, ਕਿਤੇ ਕਿਤੇ ਹਰ ਮਹਿਕਮੇ ਦੇ ਅੰਦਰ, ਹਰ ਪੰਥ ਧਰਮ ਦੇ ਅੰਦਰ ਕੁਝ ਮਾੜੇ ਬੰਦੇ ਵੀ ਹੁੰਦੇ ਆ। ਜੇ ਕੁਝ ਨਰਾਇਣੂ ਮਹੰਤ ਵਰਗੇ ਹੋਏ ਤਾਂ ਉਹਨਾਂ ਕਰਕੇ ਆਪਾਂ ਸਾਰੇ ਉਦਾਸੀ ਮਹਾਤਮਾ ਨੂੰ ਮਾੜੇ ਨਹੀਂ ਕਹਿ ਸਕਦੇ, ਸਾਰੇ ਨਿਰਮਲੇ ਮਹਾਤਮਾ ਨੂੰ ਮਾੜੇ ਨਹੀਂ ਕਹਿ ਸਕਦੇ। ਇੰਨੇ ਚੰਗੇ ਮਹਾਤਮਾ ਜਿਹੜੇ ਹੋਏ ਆ, ਜਿਨ੍ਹਾਂ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਪਿੰਡਾਂ 'ਚ, ਡੇਰਿਆਂ 'ਚ, ਗੁਰਮਤਿ ਦੀ, ਗੁਰਮੁਖੀ ਦੀ ਵਿੱਦਿਆ ਸਾਡੇ ਬੱਚਿਆਂ ਨੂੰ ਦਿੱਤੀ, ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਮਸ਼ਕੀਨ ਵਰਗੇ ਨਿਰਮਲਿਆਂ ਦੇ ਡੇਰੇ ਵਿੱਚ ਜਿਨ੍ਹਾਂ ਨੇ ਪਹਿਲਾਂ ਵਿੱਦਿਆ ਪ੍ਰਾਪਤ ਕੀਤੀ। ਸੋ ਅੱਜ ਵੀ ਮੈਂ ਕਹਿਣਾ ਚਾਹੁੰਦਾ, ਗੁਰੂ ਦੀਆਂ ਵਰਸਾਈਆਂ ਸੰਪਰਦਾਵਾਂ ਟਕਸਾਲਾਂ ਮਹਾਤਮਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ, ਸਾਨੂੰ ਸਹਿਯੋਗ ਦੇਣਾ ਚਾਹੀਦਾ ਉਹਨਾਂ ਦਾ, ਉਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ। ਅਤੇ ਜਿਹੜੇ ਮਹਾਂਪੁਰਸ਼ ਸੰਸਾਰ ਤੋਂ ਸਰੀਰਕ ਤੌਰ 'ਤੇ ਸਾਡੇ ਤੋਂ ਓਹਲੇ ਹੋ ਚੁੱਕੇ, ਮਹਾਨ ਸੇਵਾਵਾਂ ਦੇ ਕੇ ਉਹਨਾਂ ਦੇ ਉੱਤੇ ਟੀਕਾ ਟਿੱਪਣੀਆਂ ਕਰਨੀਆਂ, ਇਹ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਜਿਹੜੇ ਵੀਰ, ਚਾਹੇ ਕੋਈ ਰਾਗੀ ਢਾਡੀ ਪ੍ਰਚਾਰਕ ਕਥਾ ਵਾਚਕ, ਉਹਨਾਂ 'ਤੇ ਕੋਈ ਟੀਕਾ ਟਿੱਪਣੀਆਂ ਕਰਦੇ ਆ, ਮੈਂ ਸਮਝਦਾ ਕਿ ਉਹ ਆਪਣਾ ਨੁਕਸਾਨ ਕਰਦੇ ਆ। ਸਿੱਖ ਸੰਗਤਾਂ ਨੂੰ ਕਦੇ ਇਹੋ ਜਿਹੀਆਂ ਗੱਲਾਂ 'ਤੇ ਗੁੰਮਰਾਹ ਨਹੀਂ ਹੋਣਾ ਚਾਹੀਦਾ। ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਸਮੇਂ ਦੇ ਅੰਦਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਕਦੇ ਅੰਗਰੇਜ਼ ਕਹਿੰਦਾ ਸੀ ਕਿ ਜਿਹੜੇ ਸਿੱਖ ਨੇ ਇਹਨਾਂ ਦੀਆਂ ਫੋਟੋਆਂ ਲਾ ਕੇ ਵੱਖ ਵੱਖ ਸੰਪਰਦਾਵਾਂ ਵੱਖ ਵੱਖ ਫਿਰਕਿਆਂ ਦੇ ਸਿੱਖ ਜਿਹੜੇ ਆ, ਕੋਈ ਗੋਲ ਦਸਤਾਰ ਬਣਦਾ, ਕੋਈ ਸਿੱਧੀ ਬਣਦਾ, ਕੋਈ ਦਮਾਲਾ ਬਣਦਾ, ਇਹਨਾਂ ਦੀਆਂ ਤਸਵੀਰਾਂ ਲਾ ਕੇ ਅਤੇ ਅਜਾਇਬ ਘਰਾਂ 'ਚ ਲਾ ਲਓ, ਕਿਉਂਕਿ ਆਉਣ ਵਾਲੇ 10-20 ਸਾਲਾਂ 'ਚ ਸਿੱਖ ਖਤਮ ਹੋ ਜਾਣੇ ਆ, ਅਤੇ ਇਹਨਾਂ ਦੀ ਜਾਣਕਾਰੀ ਆਉਣ ਵਾਲੀ ਜਨਰੇਸ਼ਨ ਨੂੰ ਲਾਇਬ੍ਰੇਰੀਆਂ ਦੇ ਵਿੱਚੋਂ, ਅਜਾਇਬ ਘਰਾਂ ਦੇ ਵਿੱਚੋਂ ਦਿੱਤੀ ਜਾਊਗੀ ਕਿ ਆ ਇਹਨਾਂ ਦੀਆਂ ਤਸਵੀਰਾਂ, ਇੱਦਾਂ ਦੇ ਹੁੰਦੇ ਸੀ ਸਿੱਖ। ਪਰ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ, ਮਹਾਂਪੁਰਸ਼ਾਂ ਦੀ ਡਿਊਟੀ ਲਾਈ, ਬਾਬਾ ਅਤਰ ਸਿੰਘ ਮਸਤੂ ਆਉਣੇ ਵਾਲਿਆਂ ਉਹਨਾਂ ਨੂੰ ਭੇਜਿਆ, ਉਹਨਾਂ ਨੇ ਐਸਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ, ਸਿੱਧੀਆਂ ਧਾਰਨਾ ਬੋਲ ਕੇ ਐਸਾ ਪ੍ਰਚਾਰ ਪ੍ਰਸਾਰ ਕੀਤਾ, ਐਸਾ ਖੰਡਾ ਖੜਕਾਇਆ ਉਹਨਾਂ ਨੇ ਕਿ ਦੇਖੋ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ, ਅਤੇ ਫਿਰ ਖਾਲਸਾ ਜਿਹੜਾ ਸੀਗਾ ਲੱਖਾਂ ਦੇ ਵਿੱਚ ਜਿਹੜਾ ਹੋ ਗਿਆ, ਜਿਹਨੂੰ ਕਦੇ ਅੰਗਰੇਜ਼ ਕਹਿ ਰਿਹਾ ਸੀ ਕਿ ਇਹਨਾਂ ਨੇ ਖਤਮ ਹੋ ਜਾਣਾ, ਅਤੇ ਇਹਨਾਂ ਦੀਆਂ ਫੋਟੋਆਂ ਲਾ ਕੇ ਜੈਵ ਘਰਾਂ 'ਚ ਰੱਖ ਦਿਓ। ਸ਼੍ਰੋਮਣੀ ਕਮੇਟੀ ਦਾ 26-27 ਵਾਰ ਪ੍ਰਧਾਨ ਬਣਿਆ ਜਥੇਦਾਰ ਗੁਰਚਰਨ ਸਿੰਘ ਟੌੜਾ, ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਲੰਡਨ ਇੰਗਲੈਂਡ ਦੀ ਧਰਤੀ 'ਤੇ ਬੋਲ ਰਿਹਾ ਸੀ, ਗੁਰਦੁਆਰਾ ਗਜਟ ਦੇ ਵਿੱਚ ਬਕਾਇਦਾ ਛਪਿਆ। ਉਹਨਾਂ ਕਿਹਾ ਕਿ ਐਡਾ ਵੱਡਾ ਸਾਡੇ ਕੋਲ ਬਜਟ, ਐਡੀ ਵੱਡੀ ਸ਼੍ਰੋਮਣੀ ਕਮੇਟੀ ਸੰਸਥਾ, ਪਰ ਉਹਨਾਂ ਪ੍ਰਚਾਰ ਅਤੇ ਪ੍ਰਸਾਰ ਅਸੀਂ ਨਹੀਂ ਕਰ ਸਕੇ ਜਿਹੜਾ ਸੰਤ ਬਾਬਾ ਈਸਰ ਸਿੰਘ ਰਾੜੇ ਵਾਲਿਆਂ ਨੇ ਢੋਲਕੀ ਅਤੇ ਚਮਟੇ ਲੈ ਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਦਿੱਤਾ ਇੰਨੀ ਵੱਡੀ ਪੱਧਰ 'ਤੇ ਕਿ ਉਹ ਅਸੀਂ ਸ਼੍ਰੋਮਣੀ ਕਮੇਟੀ ਵੀ ਨਹੀਂ ਕਰ ਸਕੀ। ਉਹ ਗੁਰਦੁਆਰਾ ਗਜਟ ਬੁੱਕ ਦੇ ਵਿੱਚ ਉਹਨਾਂ ਦਾ
ਜਿਹੜਾ ਇਹ ਬਿਆਨ ਆ ਉਹ ਛਪਿਆ ਹੋਇਆ। ਸੋ ਮੈਂ ਕਹਿਣਾ ਚਾਹੁੰਦਾ ਕਿ ਮਹਾਂਪੁਰਸ਼ਾਂ ਦਾ ਦੇਣ ਅਸੀਂ ਨਹੀਂ ਦੇ ਸਕਦੇ, ਜਿਹਨਾਂ ਮਹਾਂਪੁਰਸ਼ਾਂ ਨੇ ਇੰਨੀਆਂ ਘਾਲਣਾਵਾਂ ਘਾਲੀਆਂ, ਇੰਨਾ ਪ੍ਰਚਾਰ ਪ੍ਰਸਾਰ ਕੀਤਾ, ਚਾਹੇ ਉਹ ਕਾਰ ਸੇਵਾਵਾਂ ਦੇ ਰੂਪ 'ਚ ਆ, ਗੁਰੂ ਸਾਹਿਬ ਦੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਉਣ ਦੇ ਰੂਪ ਵਿੱਚ ਆ, ਅੱਜ ਵੱਡੇ ਵੱਡੇ ਹੋਸਪਿਟਲ, ਕਾਲਜ, ਯੂਨੀਵਰਸਿਟੀਆਂ, ਡਿਸਪੈਂਸਰੀਆਂ ਮਹਾਂਪੁਰਸ਼ ਬਣਾ ਰਹੇ ਆ। ਸੋ ਉਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਦੇ ਅਦਬ ਸਾਨੂੰ ਕਰਨਾ ਚਾਹੀਦਾ, ਉਹਨਾਂ 'ਤੇ ਟੀਕਾ ਟਿੱਪਣੀਆਂ ਨਹੀਂ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਜਿਹੜਾ ਬਾਬਾ ਬਾਦ ਆਪਣੇ ਨਾਲ ਜੋੜਦਾ, ਡੇਰਿਆਂ ਨਾਲ ਜੋੜਦਾ, ਦੇਹਧਾਰੀ ਗੁਰੂ ਨਾਮ, ਉਹਨਾਂ ਤੋਂ ਦੂਰ ਹੋ ਕੇ ਸਾਨੂੰ ਉਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਹੜੇ ਆਪ ਗੁਰੂ ਘਰ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ, ਗੁਰੂ ਘਰ ਦੇ ਨਾਲ ਜੋੜਦੇ ਆ। ਸੋ ਸਮੂਹ ਸੰਗਤਾਂ ਨੂੰ ਮੇਰੀ ਇਹ ਸਨਿਮਰ ਬੇਨਤੀ ਆ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।